पंजाब दे विच इस वेले नाजायज़ माइनिंग दा काला कारोबार जोरां शोरां दे उत्ते चल रहा है। ये तस्वीरां हुशियारपुर दसूहा अधीन आउंदे सगरा ते फतेन चक नजदीक दे एक पिंड दीआं ने जिथे कि नाजायज माइनिंग दा काला कारोबार चल रहा है, पर प्रशासन अखां बंद करी बैठा है। मीडिया दीआं टीमां उत्थे वेख नाजायज माइनिंग करदे लोक अपनियां मशीनां लै के ते ट्रैक्टर लै के भजदे नजर आए, पर ये सारियां तस्वीरां कैमरे दे विच जरूर कैद होईआं ने। जदों इस सारे मामले नूं लैके एसडीएम रणदीप सिंह दे नाल गलबात कीती गई, उन्हां नूं दस्सिया गया कि दसूहा इलाके दे विच नाजायज माइनिंग दा काला कारोबार जोरां शोरां दे उत्ते चल रिहा, तां उन्हां ने अपना उही रटिया रटाया जवाब दे दित्ता कि उन्हां दे कोल कोई भी इस दा कंप्लेंट नहीं आई है, जेकर कंप्लेंट आउंदी है तां उस दे उत्ते कारवाई जरूर कीती जाएगी। पिंड दे विच काफी वड्डे लेवल दे उत्ते जिहड़ा माइनिंग कीती जा रही है, ਸਾਡੇ ਕੋਲ ਕੋਈ ਦਰਖਾਸਤ ਤਾਂ ਨਹੀਂ ਆਈ, ਤੁਸੀਂ ਦੱਸ ਰਹੇ ਹੋ ਨਹੀਂ ਆ ਮਾਈਨਿੰਗ ਵਾਲੇ ਨਾਲ ਹੀ ਨੇ, ਅਸੀਂ ਹੁਣੀ ਇਹਨਾਂ ਨੂੰ ਕਹਿ ਕੇ ਚੈੱਕ ਕਰਵਾ ਲੈਂਦੇ ਉੱਥੇ ਜੀ। ਕਾਫੀ ਮਸ਼ੀਨਾਂ ਲੱਗੀਆਂ ਜੀ, ਅਸੀਂ ਤਕਰੀਬਨ 8 ਦੇ ਕਰੀਬ ਲੱਗੀਆਂ ਇੱਕ ਜਗ੍ਹਾ ਦੇ ਉੱਤੇ, ਉਹ ਟਰਾਲੀ ਬਿਲਕੁਲ ਬਾਰ ਬਾਰ ਭਰ ਭਰ ਕੇ ਆ ਰਹੀਆਂ ਇਹਨਾਂ ਨੂੰ ਨਾਲ ਹੀ। ਠੀਕ ਹੈ, ਪਤਨ ਚੱਕ ਕੋਈ ਦੂਰ ਨਹੀਂ, ਲਾਗੇ ਹੀ ਆ ਜੀ। ਕੋਈ ਨਹੀਂ, ਹੁਣੀ ਚੈੱਕ ਕਰਵਾ, ਭਰਤੀ ਵੀ ਇੱਥੇ ਦਸੂਏ ਦੇ ਵਿੱਚ ਹੀ ਪੈ ਰਹੀ ਹੈ ਕਿਤੇ। ਠੀਕ ਹੈ ਜੀ, ਅੱਜ ਹੀ ਕਰ ਲਈ, ਹੁਣੀ ਕਰਵਾਉਂਦੇ ਜੀ। ਠੀਕ, ਉੱਥੇ ਇਸ ਸੰਬੰਧੀ ਮਾਈਨਿੰਗ ਵਿਭਾਗ ਦੇ ਐਸਡੀਓ ਰਾਜਕੁਮਾਰ ਦਾ ਕਹਿਣਾ ਸੀ ਕਿ ਉਹਨਾਂ ਦੇ ਵੱਲੋਂ ਅੱਜ ਹੀ ਉਸ ਜਗ੍ਹਾ ਨੂੰ ਚੈੱਕ ਕੀਤਾ ਜਾਏਗਾ ਜਿੱਥੇ ਨਾਜਾਇਜ਼ ਮਾਈਨਿੰਗ ਦੀ ਗੱਲ ਕਹੀ ਜਾ ਰਹੀ ਹੈ, ਤੇ ਉਸ ਤੋਂ ਬਾਅਦ ਬੰਦ ਦੀ ਕਾਰਵਾਈ ਕੀਤੀ ਜਾਏਗੀ। ਕੋਈ ਗੱਲ ਨਹੀਂ, ਅੱਜ ਹੀ ਭੇਜ ਗਏ ਨਾ ਆਪਣੇ ਜੀ ਸਾਹਿਬ ਨੂੰ, ਤੇ ਅੱਜ ਹੀ ਚੈੱਕ ਕਰਾ ਲੈਣੇ ਆ, ਤੇ ਜੋ ਵੀ ਹੋਏਗੀ ਉਹਨਾਂ ਦੇ ਕਾਰਵਾਈ ਕਰ ਦਾਂਗੇ। ਸਰ ਹੁਣ ਤੱਕ ਕਿੰਨੇ ਮਾਮਲੇ ਦਰਜ ਹੋਏ ਮਾਈਨਿੰਗ ਉੱਤੇ ਜਿਹੜਾ ਹੈਗਾ? ਉਹ ਤੇ ਸਾਨੂੰ ਆਫਿਸ ਹੈੱਡ ਆਫਿਸ ਵਾਲੇ ਦੱਸ ਸਕਦੇ ਨੇ, ਜਿਹੜਾ ਵੀ ਅਸੀਂ ਫੜ ਲੈਣੇ ਨਾਲ ਹੀ ਦਰਜ ਕਰ ਦਿੰਦੇ ਆ। ਸਰ ਤੁਸੀਂ ਦੀ ਉੱਤੇ ਗੱਲ ਕੀਤੀ ਜਾਵੇ ਤਾਂ ਜਿਹੜੀ ਸਰਕਾਰੀ ਤੁਸੀਂ ਆ ਉੱਥੇ ਵੀ ਵੱਡੇ ਲੈਵਲ ਦੇ ਉੱਤੇ ਮਾਈਨਿੰਗ ਜਿਹੜੀ ਵੀ ਹੈਗੀ ਨਾ, ਅਸੀਂ ਅੱਜ ਜੇ ਕੋਈ ਸਾਡੇ ਕੋਲ ਦਰਖਾਸਤ ਤੇ ਆਈ ਨਹੀਂ ਇਹਦੀ ਅਜੇ ਤੱਕ, ਜਿੱਥੇ ਪੰਜਾਬ ਦੇ ਵਿੱਚ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਨੇ, ਉਸ ਦੇ ਨਾਲ ਨਾਲ ਹੋਰ ਮੁੱਦਿਆਂ ਦੇ ਨਾਲ ਨਾਜਾਇਜ਼ ਮਾਈਨਿੰਗ ਦਾ ਮੁੱਦਾ ਵੀ ਕਾਫੀ ਭਖਦਾ ਨਜ਼ਰ ਆ ਰਿਹਾ, ਕਿਉਂਕਿ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਜਿੱਥੇ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਕੈਪਟਨ ਸਰਕਾਰ ਦੇ ਉੱਤੇ ਨਿਸ਼ਾਨਾ ਬਿੰਨਿਆ ਜਾ ਰਿਹਾ, ਉੱਥੇ ਹੀ ਸੁਖਬੀਰ ਬਾਦਲ ਦੇ ਵੱਲੋਂ ਵੱਖਰੇ ਵੱਖਰੇ ਇਲਾਕਿਆਂ ਦਾ ਜਾ ਕੇ ਦੌਰਾ ਕਰਕੇ ਸ਼ਰੇਆਮ ਹੁੰਦੀ ਨਾਜਾਇਜ਼ ਮਾਈਨਿੰਗ ਦਿਖਾਈ ਗਈ ਹੈ। ਖੈਰ ਹੁਣ ਚੋਣਾਂ ਕਰਕੇ ਮੁੱਦਾ ਤਾਂ ਕਾਫੀ ਜ਼ਿਆਦਾ ਪੱਕ ਗਿਆ, ਪਰ ਇਸਦਾ ਕੋਈ ਹੱਲ ਨਿਕਲਦਾ ਜਾਂ ਫਿਰ ਨਾਜਾਇਜ਼ ਮਾਈਨਿੰਗ ਧੜੱਲੇ ਨਾਲ ਇਸੇ ਪ੍ਰਕਾਰ ਚੱਲਦੀ ਰਹੇਗੀ। ਹੁਸ਼ਿਆਰਪੁਰ ਤੋਂ ਅਮਰੀਕ ਕੁਮਾਰ ਦੀ ਰਿਪੋਰਟ, ਸਕਾਈ ਨਿਊਜ਼ ਪੰਜਾਬ। ਜੇ ਤੁਸੀਂ ਐਕਸਪ੍ਰੈਸ ਐਂਟਰੀ ਦੇ ਵਿੱਚ ਜਾਂ PNP ਦੇ ਥਰੂ ਜਾਂ LMIA ਦੇ ਥਰੂ ਜਾਂ ਜੋਬ ਆਫਰ ਦੇ ਥਰੂ ਜਾ ਕੇ ਪੱਕੇ ਤੌਰ 'ਤੇ ਸੈਟਲ ਹੋਣਾ ਚਾਹੁੰਦੇ ਹੋ, ਜਾਂ ਤੁਸੀਂ ਸਟੂਡੈਂਟ ਵੀਜ਼ਾ ਅਤੇ ਕੈਨੇਡਾ ਜਾਂ ਆਸਟ੍ਰੇਲੀਆ ਸਕਾਲਰਸ਼ਿਪ ਦੇ ਨਾਲ ਘੱਟ ਫੀਸ 'ਤੇ ਤੁਹਾਡੇ ਐਜੂਕੇਸ਼ਨ 'ਚ ਗੈਪ ਹੈ ਅਤੇ ਤੁਸੀਂ ਪੜ੍ਹ ਕੇ ਜੇ ਸੈਟਲ ਹੋਣ ਦਾ ਸੁਪਨਾ ਪੂਰਾ ਕਰਨਾ ਚਾਹੁੰਦੇ ਹੋ, ਤੁਸੀਂ ਹੇਠ ਲਿਖੇ ਨੰਬਰਾਂ 'ਤੇ ਕਾਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ। ਹਰ ਖਬਰ ਦੀ ਤਾਜ਼ਾ ਅਪਡੇਟ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ, Facebook ਚੈਨਲ ਨੂੰ ਲਾਈਕ ਅਤੇ ਸ਼ੇਅਰ ਕਰੋ।